ਖੁਸ਼ੀ ਹੋ ਰਹੀ ਹੈ ਕਿ ਮੈਨੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਬਣਾ ਲਿਆ ਹੈ ਅਤੇ ਮੈਂ ਇਸ ਰਿਕਾਰਡ ਦੀ ਪਿਛਲੇ 5-6 ਮਹੀਨਿਆਂ ਤੋਂ ਮਿਹਨਤ ਕਰ ਰਿਹਾ ਸੀ, ਜਿਸ ਕਰਕੇ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੀ ਮਿਹਨਤ ਰੰਗ ਲਈ। ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਸਾਹਿਬ ਜੀ ਨੇ ਮੈਨੂੰ ਸਨਮਾਨਿਤ ਕਰਕੇ ਮਤਲਬ ਬਹੁਤ ਚੰਗਾ ਕੀਤਾ ਅਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਮੇਰਾ ਪਰਿਵਾਰ ਅਤੇ ਮੇਰੇ ਟੀਚਰਸ ਬਹੁਤ ਖੁਸ਼ ਨੇ ਕਿਉਂਕਿ ਉਹ ਵੀ ਚਾਹੁੰਦੇ ਸਨ ਕਿ ਮਤਲਬ ਮੈਂ ਬਹੁਤ ਅੱਗੇ ਹੋਰ ਵੀ ਲੈ ਕੇ ਜਾਵਾਂ ਆਪਣੀ ਇਸ ਟੈਲੈਂਟ ਨੂੰ। ਅਤੇ ਇਹ ਟੈਲੈਂਟ ਮੇਰਾ ਸਿਰਫ ਅਬੈਕਸ ਦੇ ਕਾਰਨ ਹੀ ਹੋ ਸਕਿਆ ਹੈਗਾ, ਜਿਸ ਵਿੱਚ ਮੈਨੂੰ ਰਣਜੀਤ ਸਰ ਅਤੇ ਪੂਜਾ ਮੈਮ ਜੀ ਹਮੇਸ਼ਾ ਵਧੀਆ ਗਾਈਡ ਕਰਦੇ ਸੀ। ਉਹਨਾਂ ਸਾਨੂੰ ਹਮੇਸ਼ਾ ਦੱਸਿਆ ਕਿ ਮਤਲਬ ਬੇਟਾ ਪ੍ਰੈਕਟਿਸ ਕਰਨ ਨਾਲ ਹੀ ਸਭ ਕੁਝ ਹੈ। ਅਤੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਮਤਲਬ ਸਾਰੇ ਬੱਚਿਆਂ ਨੂੰ ਇੱਕ ਵਾਰੀ ਸ਼ਾਬਰਿੰਸ ਅਬੈਕਸ ਜ਼ਰੂਰ ਟਰਾਈ ਕਰਨਾ ਚਾਹੀਦਾ ਹੈ ਕਿਉਂਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਦਿਮਾਗ ਵੀ ਬਹੁਤ ਡੈਵਲਪ ਹੁੰਦਾ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਬੇਟੇ ਦਾਨਿਸ਼ ਗਰਗ ਨੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ। ਇਸ ਦਾ ਸਿਰਾ ਸ਼ਾਰਪ ਬ੍ਰੇਨ ਇੰਸਟੀਚਿਊਟ ਦੇ ਡਾਇਰੈਕਟਰ ਰਾਜੀਵ ਗੋਇਲ ਅਤੇ ਮੈਡਮ ਪੂਜਾ ਗੋਇਲ ਨੂੰ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਚੰਗੇ ਮੋਟੀਵੇਸ਼ਨ ਸਦਕਾ ਦਾਨਿਸ਼ ਨੂੰ ਇਸ ਮੁਕਾਮ 'ਤੇ ਪਹੁੰਚਾਇਆ। ਅਤੇ ਮੈਂ ਇਸ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਸ਼ਹਿਰ ਦੇ ਬੱਚਿਆਂ ਨੂੰ ਵੀ ਉਹਨਾਂ ਨੂੰ ਵੀ ਸ਼ਾਰਪ ਬ੍ਰੇਨ ਇੰਸਟੀਚਿਊਟ ਵਿੱਚ ਦਾਖਲਾ ਲੈ ਕੇ ਆਪਣੇ ਸ਼ਾਰਪ ਮਾਇੰਡ ਨੂੰ ਹੋਰ ਸ਼ਾਰਪ ਕਰਨਾ ਚਾਹੀਦਾ। ਸ਼ਾਰਪ ਬ੍ਰੇਨ ਅਬੈਕਸ ਇੰਸਟੀਚਿਊਟ ਦਾ ਹੋਣਹਾਰ ਵਿਦਿਆਰਥੀ ਹੈ ਦਾਨਿਸ਼ ਗਰਗ। ਇਸ ਬੱਚੇ ਨੇ ਮੈਥੇਮੈਟਿਕਸ ਵਿੱਚ ਇੱਕ ਨਵਾਂ ਵਰਲਡ ਰਿਕਾਰਡ ਬਣਾਇਆ ਹੈ। ਵਰਲਡ ਰਿਕਾਰਡ ਦੇ ਵਿੱਚ ਇਸ ਬੱਚੇ ਨੇ ਕੀਤਾ ਹੈ 10 ਡਿਜ਼ਿਟ ਦੇ 10 ਰੋ ਦੇ 12 ਸਮ 10 ਮਿੰਟਾਂ ਦੇ ਵਿੱਚ ਹੱਲ ਕੀਤੇ ਹਨ ਐਡੀਸ਼ਨ ਦੇ ਬਿਨਾਂ ਕਿਸੇ ਕੈਲਕੂਲੇਟਰ ਦੇ, ਜੋ ਕਿ ਇੱਕ ਨਵਾਂ ਵਰਲਡ ਰਿਕਾਰਡ ਬਣਿਆ। ਇਸ ਰਿਕਾਰਡ ਦੀ ਪ੍ਰਾਪਤੀ 'ਤੇ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਦਾਨਿਸ਼ ਨੂੰ ਆਪਣੇ ਦਫ਼ਤਰ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਸਨਮਾਨਿਤ ਵੀ ਕੀਤਾ ਗਿਆ। ਇੱਥੇ ਦੱਸਣਾ ਵੀ ਬਣਦਾ ਹੈ ਕਿ ਦਾਨਿਸ਼ ਗਰਗ ਦੇ ਇਸ ਤੋਂ ਪਹਿਲਾਂ ਵੀ ਇੱਕ ਏਸ਼ੀਆ ਬੁੱਕ ਆਫ ਰਿਕਾਰਡ ਇੱਕ ਔਰ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਇਸਦਾ ਬੱਚੇ ਦਾ ਨਾਮ ਆਇਆ ਹੋਇਆ ਹੈ। ਔਰ ਸਿਰਫ ਇਸ ਬੱਚੇ ਦਾ ਹੀ ਨਹੀਂ, ਇਹ ਰਾਮਪੁਰਾ ਫੂਲ ਤੋਂ ਸ਼ਾਰਪ ਬ੍ਰੇਨ ਦੇ 16 ਬੱਚੇ ਆਲਰੇਡੀ ਪਿਛਲੇ 2 ਸਾਲਾਂ ਦੇ ਵਿੱਚ ਵੱਖ ਵੱਖ ਰਿਕਾਰਡ ਬਣਾ ਕੇ ਜ਼ਿਲ੍ਹੇ ਦਾ ਨਾਮ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ 'ਤੇ ਉੱਚਾ ਕਰ ਚੁੱਕੇ ਹਨ।